ਮਾਪਿਆਂ ਦੀ ਲੁੱਟ ਬੰਦ ਕਰੋ। ਅਗਰ ਸਰਕਾਰ ਉਹ ਕਾਨੂੰਨਾਂ ਨੂੰ ਲਾਗੂ ਨਹੀਂ ਕਰਨਾ ਚਾਹੁੰਦੀ ਤਾਂ ਉਹ ਕਾਨੂੰਨਾਂ ਨੂੰ ਫਾਂਸੀ ਦੇ ਦੇਵੇ ਜਾਂ ਉਹਨਾਂ ਕਾਨੂੰਨਾਂ ਨੂੰ ਰੱਦ ਕਰ ਦੇਵੇ ਤਾਂ ਕਿ ਇਹ ਪ੍ਰਾਈਵੇਟ ਸਕੂਲ ਆਪਣੀ ਮਨਮਾਨੀਆਂ ਫੀਸਾਂ ਵਧਾਉਣ ਅਤੇ ਮਨਮਾਨੀ ਲੁੱਟ ਆ ਜਿਹੜੀ ਮਾਪਿਆਂ ਦੀ ਉਹ ਕਰ ਸਕਣ। ਚੋਣਾਂ ਦੌਰਾਨ ਕਾਂਗਰਸ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਵੱਧ ਫੀਸਾਂ ਵਸੂਲੀਆਂ ਜਾਣ ਨੂੰ ਲੈ ਕੇ ਸਕੂਲਾਂ ਖਿਲਾਫ਼ ਕਾਰਵਾਈ ਕਰਨ ਦੀ ਗੱਲ ਆਖੀ ਸੀ, ਪਰ ਸਰਕਾਰ ਇਸ ਵਾਅਦੇ ਤੋਂ ਮੁੱਕਰ ਗਈ ਹੈ ਅਤੇ ਸਰਕਾਰ ਵੱਲੋਂ ਰੈਗੂਲੇਟਰੀ ਐਕਟ ਵੀ ਬਣਾਇਆ ਗਿਆ ਸੀ ਪਰ ਉਸ ਨੂੰ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਵੱਲੋਂ ਨਾਭਾ ਸ਼ਹਿਰ ਦੇ ਪਟਿਆਲਾ ਗੇਟ ਵਿਖੇ ਇੱਕ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਹ ਐਕਟ ਪੰਜਾਬ ਸਰਕਾਰ ਨੇ ਇੱਕ ਫੀਸ ਰੈਗੂਲੇਟਰੀ ਐਕਟ ਬਣਾਇਆ ਸੀਗਾ, ਉਸ ਰੈਗੂਲੇਟਰੀ ਐਕਟ ਦੇ ਖਿਲਾਫ਼ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ। ਜੋ ਵੀ ਇਹ ਐਕਟ ਬਣਿਆ ਚੰਗਾ ਮਾੜਾ ਉਹਨੂੰ ਹੂਬ ਹੂ ਲਾਗੂ ਹੀ ਨਹੀਂ ਕੀਤਾ। ਇੱਕ ਸਾਲ ਤੋਂ ਅਸੀਂ ਜੀ ਇਹ ਸੰਘਰਸ਼ ਨੂੰ ਕਰ ਰਹੇ ਹਾਂ ਵੀ ਅਸੀਂ ਨਾਭੇ ਦੇ ਇੱਕ ਸਕੂਲ ਦੇ ਖਿਲਾਫ਼ ਕੰਪਲੇਂਟ ਕੀਤੀ ਹੈ, ਉਹ ਕੀਤੀ ਸੀ ਅਸੀਂ 16 ਅਗਸਤ ਨੂੰ। ਅੱਜ 16 ਅਗਸਤ 2018 ਹੋ ਗਈ, 16 ਅਗਸਤ 2017 ਨੂੰ ਕੰਪਲੇਂਟ ਕੀਤੀ ਸੀ। ਐਕਟ ਕਹਿੰਦਾ ਵੀ 60 ਦਿਨਾਂ ਦੇ ਅੰਦਰ ਅੰਦਰ ਸਕੂਲ ਦਾ ਫੈਸਲਾ ਆਉਣਾ ਚਾਹੀਦਾ ਕੰਪਲੇਂਟ ਦਾ, ਪਰ ਕੋਈ ਫੈਸਲਾ ਨਹੀਂ ਹੈ ਜੀ। ਸਾਲ ਹੋ ਗਿਆ ਸਾਨੂੰ ਧੱਕੇ ਖਾਂਦਿਆਂ ਨੂੰ। ਐਕਟ ਕਹਿੰਦਾ ਵੀ ਬਿਨਾਂ ਪਰਮਿਸ਼ਨ ਤੋਂ ਸਕੂਲ ਫੀਸ ਨਹੀਂ ਵਧਾ ਸਕਦਾ, ਸਕੂਲ ਆਪਣੀ ਮਨ ਮਰਜ਼ੀ ਨਾਲ ਫੀਸ ਵਧਾਈ ਜਾ ਰਹੇ ਨੇ, ਸਿੱਖਿਆ ਵਿਭਾਗ ਸੁਣ ਨਹੀਂ ਰਿਹਾ। ਇਸ ਸੰਬੰਧੀ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਇਸ ਸਮੇਂ ਦੀਆਂ ਸਰਕਾਰਾਂ ਪ੍ਰਾਈਵੇਟ ਸਕੂਲਾਂ ਦੀ ਕਠਪੁਤਲੀ ਬਣ ਕੇ ਰਹਿ ਗਈਆਂ ਨੇ। ਉਹਨਾਂ ਕਿਹਾ ਕਿ ਪ੍ਰਾਈਵੇਟ ਸਕੂਲ ਸ਼ਰੇਆਮ ਲੁੱਟ ਖਸੁੱਟ ਕਰ ਰਹੇ ਨੇ ਪਰ ਸਰਕਾਰਾਂ ਬਿਲਕੁਲ ਵੀ ਧਿਆਨ ਨਹੀਂ ਦੇ ਰਹੀਆਂ। ਜੋ ਸਰਕਾਰ ਨੇ ਰੈਗੂਲੇਟਰੀ ਐਕਟ ਬਣਾਇਆ ਸੀ ਪਰ ਸਰਕਾਰ ਨੇ ਉਸਨੂੰ ਵੀ ਲਾਗੂ ਨਹੀਂ ਕੀਤਾ। ਐਕਟ ਹੈ ਜੀ, ਸਰਕਾਰ ਨੇ ਬਣਾਤਾ ਜਿਸ ਤਰ੍ਹਾਂ ਹੈਪੀ ਨੇ ਦੱਸਿਆ, ਲੇਕਿਨ ਸਰਕਾਰ ਉਸਨੂੰ ਲਾਗੂ ਨਹੀਂ ਕਰਾਉਣਾ ਚਾਹੁੰਦੀ। ਪਿਛਲੇ 1 ਸਾਲ ਤੋਂ ਅਸੀਂ ਪੇਰੈਂਟ ਐਸੋਸੀਏਸ਼ਨਾਂ ਜਿਹੜੀਆਂ ਪੰਜਾਬ ਦੀਆਂ ਨੇ ਉਹ ਸਾਰਿਆਂ ਨੇ ਕੇਸ ਕੀਤੇ ਹੋਏ ਨੇ, ਹਾਈਕੋਰਟ 'ਚ ਵੀ ਕੇਸ ਚੱਲ ਰਹੇ ਨੇ। ਕਮਿਸ਼ਨਰ ਜੋ ਜ਼ਿਲ੍ਹੇ ਦਾ ਇੰਚਾਰਜ ਬਣਾਇਆ ਹੋਇਆ ਰੈਗੂਲੇਟਰੀ ਅਥਾਰਟੀ ਦਾ, ਉਸਦੇ ਕੋਲ ਵੀ ਐਪਲੀਕੇਸ਼ਨਾਂ ਬਹੁਤ ਦਿੱਤੀਆਂ ਨੇ, ਲੇਕਿਨ ਉਹ ਕਾਨੂੰਨਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਲਈ ਅਸੀਂ ਦੁਖੀ ਹੋ ਕੇ ਸਰਕਾਰ ਨੂੰ ਇਹ ਅਪੀਲ ਕਰਨ ਲਈ ਜਾਂ ਚਿਤਾਉਣ ਲਈ ਅੱਜ ਇਹ ਜਿਹੜਾ ਧਰਨਾ ਹੈ ਇਹ ਵਿਢਿਆ ਹੈ ਕਿ ਅਗਰ ਸਰਕਾਰ ਉਹ ਕਾਨੂੰਨਾਂ ਨੂੰ ਲਾਗੂ ਨਹੀਂ ਕਰਨਾ ਚਾਹੁੰਦੀ ਤਾਂ ਉਹ ਕਾਨੂੰਨਾਂ ਨੂੰ ਫਾਂਸੀ ਦੇ ਦੇਵੇ ਜਾਂ ਉਹਨਾਂ ਕਾਨੂੰਨਾਂ ਨੂੰ ਰੱਦ ਕਰ ਦੇਵੇ ਤਾਂ ਕਿ ਇਹ ਪ੍ਰਾਈਵੇਟ ਸਕੂਲ ਆਪਣੀ ਮਨਮਾਨੀਆਂ ਫੀਸਾਂ ਵਧਾਉਣ ਅਤੇ ਮਨਮਾਨੀ ਲੁੱਟ ਆ ਜਿਹੜੀ ਮਾਪਿਆਂ ਦੀ ਉਹ ਕਰ ਸਕਣ। ਕਿੰਨੀਆਂ ਸਰਕਾਰਾਂ ਆਈਆਂ, ਕਿੰਨੀਆਂ ਗਈਆਂ, ਅਤੇ ਸਾਨੂੰ ਹੁਣ ਤੱਕ ਸਾਡੇ ਬੱਚਿਆਂ ਨੂੰ ਮਤਲਬ ਇਹ ਚਾਹੇ ਇੱਕ ਅੱਛੀ ਵਿੱਦਿਆ ਵੀ ਨਹੀਂ ਦਵਾ ਸਕੇ ਹੈਗੇ, ਅਤੇ ਉਲਟਾ ਇਹਨਾਂ ਨੇ ਮਤਲਬ ਇੱਕ ਕਿਸਮ ਦਾ ਅਸੀਂ ਇਹੀ ਕਹਾਂਗੇ ਸਿੱਧੇ ਤਰੀਕੇ ਨਾਲ ਵੀ ਸਰਕਾਰ ਦੇ ਕਮਾਊ ਪੁੱਤ ਨੇ ਇਹ ਜਿਹੜੇ ਪ੍ਰਾਈਵੇਟ ਸਕੂਲ ਬਣੇ ਹੋਏ ਨੇ, ਵੀ ਇਹਨਾਂ ਨੂੰ ਪੈਸੇ ਇਹਨਾਂ ਦੇ ਥਰੂ ਜਾਂਦੇ ਨੇ ਪਹੁੰਚਦੇ ਨੇ, ਅਤੇ ਇਹ ਪੇਰੈਂਟਸ ਦੀ ਕੋਈ ਸੁਣਵਾਈ ਨਹੀਂ ਹੈ। ਉਲਟਾ ਸਾਡੇ 'ਤੇ ਪ੍ਰੈਸ਼ਰ ਪੈ ਰਿਹਾ ਪ੍ਰਸ਼ਾਸਨ ਵੱਲੋਂ ਵੀ ਤੁਸੀਂ ਇਹ ਬੰਦ ਕਰੋ, ਤੁਸੀਂ ਇਹ ਕਿਉਂ ਇਹਨਾਂ ਦੇ ਆਪਣੇ ਬੱਚਿਆਂ ਨੂੰ ਕਰਦੇ ਹੋ, ਅਤੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਪ੍ਰਾਈਵੇਟ ਸਕੂਲਾਂ 'ਚ ਨਹੀਂ ਪੜ੍ਹਾ ਸਕਦੇ ਬੱਚੇ, ਤੁਹਾਨੂੰ ਫੀਸਾਂ ਜ਼ਿਆਦਾ ਲੱਗਦੀਆਂ ਨੇ, ਤੁਸੀਂ ਆਪਣੇ ਸਰਕਾਰੀ ਸਕੂਲਾਂ 'ਚ ਪੜ੍ਹਾਓ। ਇਹ ਕੋਈ ਪਹਿਲਾ ਵਿਰੋਧ ਨਹੀਂ ਹੈ, ਬਲਕਿ ਹੋਰ ਮਾਮਲਿਆਂ ਵਿੱਚ ਵੀ ਪੰਜਾਬ ਸਰਕਾਰ ਦਾ ਵਾਅਦਿਆਂ ਨੂੰ ਲੈ ਕੇ ਵਿਰੋਧ ਹੁੰਦਾ ਰਿਹਾ। ਹੋਰ ਅਨੇਕਾਂ ਵਾਅਦੇ ਨੇ ਜਿਹੜੇ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਤਾਂ ਗਏ ਪਰ ਹੁਣ ਤੱਕ ਪੂਰੇ ਨਹੀਂ ਕੀਤੇ ਗਏ, ਜਿਸ ਨੂੰ ਲੈ ਕੇ ਲੋਕਾਂ ਵੱਲੋਂ ਵਿਵਾਦ ਬਣਦੇ ਰਹੇ ਨੇ। ਪਰ ਕੈਪਟਨ ਦੀ ਇਸ ਕਾਂਗਰਸ ਸਰਕਾਰ 'ਤੇ ਇਹਨਾਂ ਨਾਅਰੇਬਾਜ਼ੀਆਂ ਦਾ ਰਤਾ ਵੀ ਫਰਕ ਨਹੀਂ ਪੈਂਦਾ। ਨਾਭਾ ਤੋਂ ਸੁਖਚੈਨ ਸਿੰਘ, ਪੰਜਾਬੀ ਲੋਕ ਚੈਨਲ।